ਇੱਕ ਵਾਰ ਫਿਰ ਤੋਂ ਕਿਸਾਨ ਜਿਹੜੇ ਨੇ ਉਹ ਦਿੱਲੀ ਦੀਆਂ ਬਰੂਹਾਂ ਮੱਲਣ ਜਾ ਰਹੇ ਨੇ। 13 ਫਰਵਰੀ ਨੂੰ ਦਿੱਲੀ ਪਹੁੰਚਣ ਦਾ ਐਲਾਨ ਹੈ ਵੱਖ ਵੱਖ ਕਿਸਾਨ ਜਥੇਬੰਦੀਆਂ ਨੂੰ। ਬੇਸ਼ੱਕ ਇਸ ਸਾਰੇ ਦੇ ਦਰਮਿਆਨ ਜਿੱਥੇ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਨਾਲ ਕਿਸਾਨ ਆਗੂਆਂ ਦੀਆਂ ਮੀਟਿੰਗਾਂ ਚੱਲ ਰਹੀਆਂ ਨੇ, ਪਰ ਕਿਉਂਕਿ 13 ਨੂੰ ਉੱਥੇ ਪਹੁੰਚਣਾ ਹੈ ਤਾਂ ਕਿਸਾਨਾਂ ਨੇ ਤਿਆਰੀਆਂ ਖਿੱਚ ਦਿੱਤੀਆਂ ਨੇ, ਰਵਾਨਾ ਹੋਣ ਲੱਗੇ ਨੇ। ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਭਲਾਈਆਣਾ ਵਿਖੇ ਆ, ਜਿੱਥੇ ਉਹ ਗਿੱਦੜਵਾ ਬਲਾਕ ਦੇ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਜਿਹੜੇ ਨੇ ਉਹ ਅੱਜ ਰਵਾਨਾ ਹੋਣੇ ਨੇ। ਸੋ ਇੱਕ ਗੱਲ ਹੋਰ ਦੱਸ ਦਈਏ ਕਿ ਜੇਕਰ ਪੰਜਾਬ ਹਰਿਆਣਾ ਦੇ ਬਾਰਡਰਾਂ ਦਾ ਹਾਲ ਦੇਖਿਆ ਜਾਵੇ ਤਾਂ ਬਿਲਕੁਲ ਜਿਹੜੇ ਇਸ ਵਾਰ ਉੱਥੇ ਸਰਕਾਰ ਨੇ ਕੁਝ ਅਜਿਹੀਆਂ ਤਿਆਰੀਆਂ ਕੀਤੀਆਂ ਨੇ ਜਿੱਥੋਂ ਇਹ ਮਨਸਾ ਜਿਹੜਾ ਸਰਕਾਰ ਦਾ ਲੱਗਦਾ ਕਿ ਸ਼ਾਇਦ ਇਹ ਟਰੈਕਟਰ, ਸ਼ਾਇਦ ਇਹ ਕਿਸਾਨ ਜਿਹੜੇ ਨੇ ਉਹ ਦਿੱਲੀ ਤੱਕ ਨਾ ਪਹੁੰਚਣ, ਉਹਨਾਂ ਦੀਆਂ ਆਪਣੀਆਂ ਤਿਆਰੀਆਂ ਨੇ, ਪਰ ਇਹ ਘਰੋਂ ਇਹ ਮਨਸਾ ਕਰਕੇ ਚੱਲੇ ਨੇ ਕਿ ਜੇਕਰ ਮੀਟਿੰਗਾਂ ਦੇ ਵਿੱਚ ਕੋਈ ਸਿੱਟਾ ਨਹੀਂ ਨਿਕਲਦਾ, ਜੇਕਰ ਮੀਟਿੰਗਾਂ ਕਿਸੇ ਹੱਲ 'ਤੇ ਨਹੀਂ ਨਿਕਲਦੀਆਂ ਤਾਂ ਹਰ ਹਾਲ 'ਚ ਦਿੱਲੀ ਪਹੁੰਚਣਗੇ। ਸਾਡੇ ਨਾਲ ਕਿਸਾਨ ਨੇ ਗੱਲਬਾਤ ਕਰਾਂਗੇ। ਬਾਈ ਜੀ, ਪਹਿਲਾਂ ਤਾਂ ਨਾਮ ਕੀ ਹੈ? ਮੇਰਾ ਨਾਮ ਗੁਰਪਿਆਰ ਸਿੰਘ ਹੈ ਜੀ, ਪਿੰਡ ਧੂਲਗੋੜਾ ਜੀ। ਕੀ ਕਹੋਗੇ, ਚੱਲੇ ਹੋ ਦਿੱਲੀ ਪਰ ਜਿਹੜਾ ਰਸਤੇ ਦੇ ਵਿੱਚ ਉਹ ਪ੍ਰਬੰਧ ਨੇ ਜਿਹੋ ਜਿਹਾ ਕੁਛ ਸਾਹਮਣੇ ਆ ਰਿਹਾ ਹੈਗਾ ਕਿ ਤਾਰਾਂ ਵਿਛਾ ਦਿੱਤੀਆਂ ਗਈਆਂ ਨੇ, CCTV ਕੈਮਰੇ ਲਾਈ ਜਾ ਰਹੇ ਨੇ, 7-7 ਤਰ੍ਹਾਂ ਦੀ ਜਿਹੜੀ ਬੈਰੀਕੇਡਿੰਗ ਹੈ 7 ਲੇਅਰਸ ਬਣਾ ਦਿੱਤੀਆਂ ਗਈਆਂ ਨੇ, ਕਿਵੇਂ ਪਹੁੰਚਣ ਦਾ ਜੇਕਰ ਨਹੀਂ ਮੀਟਿੰਗ 'ਚ ਸਿੱਟਾ ਨਿਕਲਦਾ ਤਾਂ ਕੀ ਹੈ? ਦੇਖੋ ਜੀ, ਮੀਟਿੰਗ ਕੀਤੀ ਸੀ, ਮੀਟਿੰਗ ਦੇ ਵਿੱਚ ਕੋਈ ਨਹੀਂ ਸਿੱਟਾ ਨਿਕਲਿਆ ਅਤੇ ਆਪਾਂ ਪਹੁੰਚਾਂਗੇ, ਜ਼ਰੂਰ ਪਹੁੰਚਾਂਗੇ। ਘਰੋਂ ਤੁਰੇ ਹਾਂ, ਪਹੁੰਚਣ ਵਾਸਤੇ ਤੁਰੇ ਹਾਂ ਜੀ। ਜਿਸ ਤਰ੍ਹਾਂ ਦੀ ਬੈਰੀਕੇਡਿੰਗ ਹੈ, ਜਿਸ ਤਰ੍ਹਾਂ ਦੇ ਪ੍ਰਬੰਧ ਨੇ, ਤੁਹਾਨੂੰ ਕੀ ਲੱਗਦਾ ਕਿ ਸਰਕਾਰ ਦਾ ਮਨਸ਼ਾ ਕੀ ਹੈਗਾ? ਮਨਸ਼ਾ ਵੇਖੋ, ਸਰਕਾਰਾਂ ਦਾ ਤਾਂ ਆਪਾਂ ਨੂੰ ਪਹਿਲਾਂ ਹੀ ਪਤਾ ਲੱਗਦਾ ਜੀ, ਕਿਉਂਕਿ ਕਿਸਾਨ ਵਿਰੋਧੀ ਨੇ ਸਰਕਾਰਾਂ ਅਤੇ, ਪਰ ਆਪਾਂ ਪਹੁੰਚਾਂਗੇ, ਜ਼ਰੂਰ ਪਹੁੰਚਾਂਗੇ। ਜੇਕਰ ਸਰਕਾਰ ਦੇ ਪ੍ਰਬੰਧ ਨੇ ਤਾਂ ਕੁਛ ਇਹੋ ਜਿਹੇ ਪ੍ਰਬੰਧ ਆਪਦੇ ਨਾਲ ਲੈ ਕੇ ਵੀ ਤੁਰੇ ਹੋ, ਜਿਹੋ ਜੀ ਕੰਡਿਆਲੀ ਤਾਰ ਜਿਹੜੀਆਂ ਸੜਕਾਂ 'ਤੇ ਵਿਛਾਈ ਗਈ ਹੈ ਜਾਂ ਜਿਸ ਤਰ੍ਹਾਂ ਦਾ ਪ੍ਰਬੰਧ ਉਹਨਾਂ ਨੇ ਕੀਤਾ ਹੈਗਾ? ਖਿੱਚ ਮਾਰਾਂਗੇ ਜੀ ਪਾਸੇ। ਬੈਰੀਕੇਡ ਐਡੇ ਵੱਡੇ, ਅੱਗੇ ਵੀ ਧੱਕੇ ਸੀਗੇ ਜੀ, ਐਤਕੀ ਵੀ ਧੱਕ ਦਿਆਂਗੇ। ਉਹ ਟਾਸਰਾ ਗੁਰੂ ਮਹਾਰਾਜ ਦਾ ਸਾਡੇ ਨਾਲ ਆ, ਵੇਖੋ ਕਿ ਆਪਾਂ ਕਿੰਨਾ ਟਾਈਮ ਬੈਠੇ ਰਹੇ, ਸਾਰੇ ਬੈਰੀਕੇਡ ਭੰਨੇ, ਜੋ ਵੀ ਉਹਨਾਂ ਨੇ ਪ੍ਰਬੰਧ ਕੀਤੇ ਸੀਗੇ ਆਪਣੇ ਉਹਨਾਂ ਲਈ ਬਹੁਤ ਵੱਡੇ ਸੀ, ਪਰ ਆਪਣੇ ਲਈ ਉਹ ਪ੍ਰਬੰਧ ਛੋਟੇ ਸੀ। ਸੋ ਨੌਜਵਾਨਾਂ ਦੇ ਨਾਲ ਨਾਲ ਬਜ਼ੁਰਗ ਵੀ ਨੇ ਜਿਹੜੇ। ਬਾਬਾ ਜੀ, ਕੀ ਕਹੋਗੇ, ਕੀ ਨਾਮ ਔਰ ਕਿਸ ਤਰ੍ਹਾਂ ਲੱਗਦਾ ਜਾਣਾ ਦਿੱਲੀ ਇਸ ਵਾਰ ਫਿਰ? ਮੇਰਾ ਪਿੰਡ ਗਿਲਜੇ ਵਾਲਾ, ਮੇਜਰ ਸਿੰਘ ਮੇਰਾ ਨਾਂ, 65 ਸਾਲ ਦੀ ਉਮਰ ਹੈ। ਸਾਨੂੰ ਤਾਂ ਸਹੀ ਬੁੜੇ ਆਖੀਦੇ ਵੀ 70 ਸਾਲ ਤੋਂ ਸਾਡੇ ਨਾਲ ਸਰਕਾਰ ਠੱਗੀਆਂ ਹੀ ਕਰਦੀ ਹੈ ਜੀ। ਇਹ ਇਹਨਾਂ ਦਾ ਵਾਰੀ ਵੱਟਾ, ਉੱਤਰ ਕਾਟੋ ਮੈਂ ਚੜ੍ਹਾ ਕਿੰਨਾ ਚਿਰ ਬਣ, ਇਹ ਆਪਦੀ ਕਿੱਥੇ ਵਾਰੀ ਵੱਟਾ, ਸਾਡੀ ਜੱਟਾਂ ਦੀ ਗੱਲ ਨਹੀਂ ਸੁਣਦੇ। ਹੁਣ ਜਿਹੜਾ ਸਾਡੀਆਂ ਜ਼ਮੀਨਾਂ ਖੋਣ ਜਾ ਰਹੇ ਹੈ, ਮੇਰਾ ਪੋਤਾ 20 ਸਾਲ ਦਾ, ਮੈਂ ਕਹਿੰਦਾ ਵੀ ਜੇ ਉਹ ਸਾਡੀ ਜ਼ਮੀਨ ਖੋਲੀ ਤਾਂ ਮੈਂ ਉਹਨੂੰ ਕੀ ਆਖੂੰਗਾ? ਉਦੋਂ ਤਾਂ ਜੇ ਛਾਤੀ 'ਚ ਗੋਲੀ ਮਾਰਨਗੇ ਤਾਂ ਉਹ ਵੀ ਜਾਂਦਾ ਜੀ। ਦਿੱਲੀ ਜਾਣਾ ਹੀ ਆ ਰਿਹਾ, ਦਿੱਲੀ ਜਾਣਾ ਪਵਾਂ, ਸਾਨੂੰ ਕਿਵੇਂ ਮਾਰ ਦੇਣ, ਇੱਕ ਦਿਨ ਮਾਰ ਦੇਣ, ਸਾਨੂੰ ਰੜਕ ਰੜਕ ਨਾ ਮਾਰਨ। ਜੋ ਜੀਆਂ ਬਾਈ ਜੀ, ਨਾਮ ਕੀ ਹੈ, ਤਿਆਰੀਆਂ ਦੇਖੋ ਕਿਵੇਂ ਦੇਖਦੇ ਹੋ, ਕਿਉਂਕਿ ਲਗਭਗ ਸਾਰੇ ਬਾਰਡਰ ਟਾਈ, ਡੱਬ ਵਾਲੀ ਦੀ ਗੱਲ ਕਰੀਏ ਆਪਣੇ ਨੇੜੇ ਵਾਲੇ ਦੀ ਜਿੱਥੋਂ ਤੁਸੀਂ ਜਾਣਾ ਹੈ ਨਾ, ਚਾਹੇ ਅੰਬਾਲੇ ਹੈ ਨਾ, ਸ਼ੰਭੂ ਬਾਰਡਰ ਦੀ, ਕਿ ਤਿਆਰੀਆਂ ਬੜੇ ਵੱਡੇ ਪੱਧਰ 'ਤੇ ਨੇ, ਇਹੋ ਜਿਹੇ ਪ੍ਰਬੰਧ ਨੇ ਕਿ ਰੋਕਿਆ ਜਾਵੇ ਕਿਸੇ ਤਰ੍ਹਾਂ? ਮੇਰਾ ਨਾਮ ਬੇਅੰਤ ਸਿੰਘ ਆ ਜੀ, ਪਿੰਡ ਦੋਦਾ ਜੀ, BK ਜੀ ਸਿੱਧੂ ਪਤਾ, ਮੈਂ ਜ਼ਿਲ੍ਹਾ ਮੀਤ ਪ੍ਰਧਾਨ ਆ ਜੀ। ਇਸ 'ਚ ਕੋਈ ਸ਼ੱਕ ਨਹੀਂ ਕਿ ਤਿਆਰੀਆਂ ਸਰਕਾਰ ਦੀਆਂ ਵੀ ਵੱਡੀਆਂ ਅਤੇ ਤਿਆਰੀਆਂ ਸਾਡੀਆਂ ਵੀ ਬਹੁਤ ਵੱਡੀਆਂ ਜੀ। ਅਸੀਂ ਵੀ ਆਪਣਾ ਤਨੋ ਮਨੋ ਚੱਲੇ ਹਾਂ, ਜਿਹੜੇ ਲੋਕ ਚੱਲੇ ਨਾਲ ਸਾਡੇ, ਉਹ ਇੱਕ ਪਾਸੇ ਲੜਾਈ ਲੜ ਕੇ ਆਵਾਂਗੇ। ਅਸੀਂ ਸਰਕਾਰ ਨੇ ਜਿੰਨੀਆਂ ਮਰਜ਼ੀ ਉਹਨਾਂ ਦਾ ਫਰਜ਼ ਬਣ ਤਾਂ ਤਿਆਰੀਆਂ ਕਰਨਗੇ ਉਹ, ਪਰ ਸਾਡੇ ਕੋਲ ਵੀ ਕਾਫੀ ਕੁਛ ਹੈ, ਸਾਡੇ ਜਿਹੜਾ ਨੌਜਵਾਨ ਵਰਗ ਆ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਜਜ਼ਬਾ ਹੈ ਲੜਾਈ ਲੜਨ ਵਾਸਤੇ। ਪਹਿਲੀ ਗੱਲ ਤਾਂ ਸ਼ਾਂਤਮਈ ਰਹਿਣ ਦੀ ਕੋਸ਼ਿਸ਼ ਕਰਾਂਗੇ ਵੀ ਸ਼ਾਂਤਮਈ ਤਰੀਕੇ ਨਾਲ ਸਰਕਾਰ ਸਾਡੀਆਂ, ਮਤਲਬ ਜੋ ਵੀ ਮੀਟਿੰਗਾਂ ਦੇ ਰਾਹੀਂ ਸਾਡਾ ਮਸਲਾ ਹੱਲ ਹੋਵੇ, ਅਤੇ ਨਹੀਂ ਤਾਂ ਫਿਰ ਜਿਹੋ ਜਿਹਾ ਸਰਕਾਰ ਰੁੱਖ ਤਿਆਰ ਕਰੂਗੀ ਸਾਡੀ ਵੀ ਮਜਬੂਰੀ ਹੋਊਗੀ। ਤੁਸੀਂ ਜਿਹੜਾ
ਜਿਹੜਾ ਐਲਾਨ ਕਰ ਚੁੱਕੇ ਹੋ ਕਿ 13 ਨੂੰ ਅਸੀਂ ਦਿੱਲੀ ਪਹੁੰਚਾਂਗੇ ਜੇ ਮੀਟਿੰਗ 'ਚ ਸਿਲਸਿਲਾ ਲਈ, ਲੱਗਦਾ ਇਸ ਵਾਰ ਪਹੁੰਚਣ ਦੇਊਗੀ ਸਰਕਾਰ ਉੱਥੇ? ਨਹੀਂ ਦੇਖੋ, ਸਰਕਾਰ ਜਿਵੇਂ ਥੋੜ੍ਹਾ ਮੀਡੀਆ ਦਿਖਾ ਰਿਹਾ, ਕਾਫੀ ਸਰਕਾਰ ਨੇ ਤਿਆਰੀ ਕੀਤੀ ਹੈ ਵੱਡੇ ਪੱਧਰ 'ਤੇ। ਮੈਨੂੰ ਲੱਗਦਾ ਵੀ ਇਸ ਤਰ੍ਹਾਂ ਦਾ ਕਦੇ ਸ਼ਾਇਦ ਪਾਕਿਸਤਾਨ ਦੇ ਬਾਰਡਰ ਜਾਂ ਕੋਈ ਹੋਰ ਵੱਡੇ ਕੰਟਰੀ ਆ, ਚਾਈਨਾ ਦਾ ਬਾਰਡਰ ਜਿਹੜੇ ਸਾਡੇ ਦੁਸ਼ਮਣ ਨੇ, ਉਹਨਾਂ ਨਾਲ ਵੀ ਨਹੀਂ ਕੀਤਾ ਜਾਂਦਾ। ਅਤੇ ਸਾਡੇ, ਅਸੀਂ ਤਾਂ ਇਸ ਦੇਸ਼ ਦੇ ਵਾਸੀ ਹਾਂ, ਸਾਡਾ ਪੰਜਾਬ, ਹਰਿਆਣਾ, ਸਾਡਾ ਭਾਰਤ ਇੱਕ ਆ, ਸਾਡਾ ਦੇਸ਼ ਇੱਕ ਆ, ਸੰਵਿਧਾਨ ਨੂੰ ਅਸੀਂ ਮੰਨਦੇ ਹਾਂ। ਅਸੀਂ ਆਪਦੇ ਹੱਕਾਂ ਦੀ ਖਾਤਰ ਚੱਲਦੇ ਹਾਂ, ਅਸੀਂ ਕੋਈ ਲੜਾਈ ਲੜਨ ਵਾਸਤੇ ਨਹੀਂ ਚੱਲੇ ਉਹਨਾਂ ਨਾਲ। ਪਰ ਸਰਕਾਰ ਇਸ ਤਰ੍ਹਾਂ ਦਾ ਮਤਲਬ ਲੋਕਾਂ ਦੇ ਵਿੱਚ ਦਹਿਸ਼ਤ ਪਾਉਣਾ ਚਾਹੁੰਦੀ ਆ, ਬੜੇ ਵੱਡੇ ਲੈਵਲ 'ਤੇ ਵੀ ਅਸੀਂ ਆਹ ਕਰਤਾ ਜੀ, ਅਸੀਂ ਨਾਮ ਨੋਟ ਕਰਾਂਗੇ, ਅਸੀਂ ਕੇਸ ਕਰ ਦਿਆਂਗੇ। ਪਰ ਸਾਡਾ ਕੋਈ ਇਸ ਤਰ੍ਹਾਂ ਦਾ ਮੰਤਵ ਤਾਂ ਨਹੀਂ ਆ। ਅਸੀਂ ਆਪਦੀਆਂ ਹੱਕੀ ਮੰਗਾਂ ਲਈ ਚੱਲੇ ਹਾਂ ਅਤੇ ਸਰਕਾਰ ਨੂੰ ਮਜਬੂਰ ਕਰਾਂਗੇ ਕਿ ਸਾਡੀਆਂ ਮੰਗਾਂ ਉਹ ਕਿਸੇ ਵੀ ਤਰੀਕੇ ਨਾਲ ਮੰਨੇ। ਬਜ਼ੁਰਗੋ, ਕਿਵੇਂ ਦੇਖਦੇ ਹੋ ਅੱਜ ਤੋਂ ਪਹਿਲਾਂ ਕਦੇ ਇਹੋ ਜਿਹਾ ਮਾਹੌਲ ਦੇਖਿਆ ਜਦੋਂ ਕਿਸਾਨ ਨੇ ਦਿੱਲੀ ਕਿਸਾਨੀ 'ਚ ਆਏ ਹਾਂ ਜਿਉਂ ਦੇ, ਅਸੀਂ ਤਾਂ ਕਲੇਸ਼ 'ਚ ਹੀ ਤੁਰੇ ਫਿਰਦੇ ਹਾਂ, ਸਾਡੇ ਹੱਕ ਮਿਲੇ ਨਹੀਂ ਗੇ ਅਤੇ ਅਸੀਂ ਬਹੁਤ ਬਹੁਤ ਕਰਦੇ ਸਾਂ ਵੀ ਮੁੰਡਿਓ ਆ ਜਾਓ ਮੂਹਰੇ, ਆ ਜਾਓ ਮੂਹਰੂ। ਸਾਨੂੰ ਤਾਂ ਇਹੋ ਜਿਹੇ ਪ੍ਰੋਗਰਾਮ ਹੋ ਗਏ ਸੀ ਜਦੋਂ ਮੀਟਿੰਗਾਂ ਕਰਦੇ ਨਾ, ਅਸੀਂ ਲੋਕ ਕੇ ਕਰਦੇ ਸਾਂਗੇ ਅਤੇ ਸਾਨੂੰ ਅੱਜ ਇਜਾਜ਼ਤ ਮਿਲੀ ਆ, ਸਰਕਾਰ ਕਰੇ ਕੀ ਕਰਦੀ ਹੈ, ਮਰਾਂਗੇ ਜੇ ਮਾਰੂਗੇ ਤਾਂ ਮਰਾਂਗੇ ਵੀ, ਪਰ ਮਾਰਨ ਨਹੀਂ ਚੱਲੇ ਅਸੀਂ, ਅਸੀਂ ਹੱਕ ਲੈਣ ਚੱਲੇ ਹਾਂ, ਮਜ਼ਬੂਰੀ ਦੇ ਵਿੱਚ ਹੈ, ਅਸੀਂ ਹੱਕ ਲੈਣ ਚੱਲੇ, ਮਜ਼ਬੂਰ ਉਹ ਕਰਨਗੇ ਮਾਰ ਦੇਣ ਹੋਰ ਕਰ, ਮੇਰੀ ਹੁਣ 900 ਵਿਖਾਵਾਂ ਕਿੰਨੀ ਹੈ। ਹਾਂਜੀ ਹਾਂਜੀ, ਦੱਸੋ ਦੱਸੋ। ਹਾਂ ਲੈ ਵੈਸੇ ਦੱਸਦੇ ਨਹੀਂ ਯਾਰ, ਓਕੇ 95 ਸਾਲ ਨੂੰ ਪੜਨਾ, 1936 ਦਾ ਬਾਪੂ ਦਾ ਜਨਮ ਹੈ। ਹਾਂ ਜਾਣਾ ਬਾਪੂ, ਫਿਰ ਜ਼ਰੂਰ ਜਾਊਂਗਾ। ਓਕੇ ਦਿੱਲੀ ਪਹੁੰਚਣਾ, ਜ਼ਰੂਰ ਪਹੁੰਚਾਂਗੇ, ਪਰਮਾਤਮਾ ਪਜਾਊਗਾ ਅਤੇ ਅਸੀਂ ਜਾਵਾਂਗੇ। ਅਸੀਂ ਬੰਦੇ ਬਹਾਦਰ ਦਾ ਨਾਂ ਲੈ ਕੇ ਤੁਰੇ ਹਾਂ, ਗੁਰੂ ਗੋਬਿੰਦ ਸਿੰਘ ਨੂੰ ਤਿਆਗ ਕੇ ਤੁਰੇ ਹਾਂ ਵੀ ਬੰਦੇ ਬਹਾਦਰ ਨੇ ਦਿੱਲੀ ਜਿੱਤੀ ਹੈ ਅੱਗੇ, ਓਕੇ ਅਤੇ ਜਿੱਤਾਂਗੇ ਅਸੀਂ ਵੀ। ਓਕੇ, ਸੋ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਉਹ ਹੌਸਲੇ ਨੇ ਨਾ ਕਿਤੇ ਉਹ ਪਹਿਲਾਂ ਵਾਲੀ ਨੇ ਕਿ ਜੇਕਰ ਧਾਰ ਲਿਆ ਤਾਂ ਦਿੱਲੀ ਪਹੁੰਚਾਂਗੇ ਜ਼ਰੂਰ। ਕਹਿੰਦੇ ਅਸੀਂ ਚਾਹੁੰਦੇ ਹਾਂ ਕਿ ਮਸਲੇ ਦਾ ਹੱਲ ਸ਼ਾਂਤਪੂਰਨ ਢੰਗ ਨਾਲ ਹੋਵੇ, ਮੀਟਿੰਗਾਂ ਦੇ ਵਿੱਚ ਸਾਡੀਆਂ ਮੰਗਾਂ ਜਿਹੜੀਆਂ ਉਹ ਮੰਨ ਲਈਆਂ ਜਾਣ, ਪਰ ਜੇਕਰ ਨਹੀਂ ਮੰਨੀਆਂ ਜਾਂਦੀਆਂ ਤਾਂ ਫਿਰ ਉਸ ਪਰਮਾਤਮਾ ਦਾ ਓਟ ਆਸਰਾ ਲੈ ਕੇ ਚੱਲੇ ਹਾਂ ਅਤੇ ਦਿੱਲੀ ਪਹੁੰਚਾਂਗੇ ਜ਼ਰੂਰ। ਇੱਕ ਗੱਲ ਜਿਹੜੀ ਉਹ ਇੱਥੇ ਸਾਂਝੀ ਹੋਈ ਹੈ ਕਿ ਚਾਹੇ ਉਹ ਨੌਜਵਾਨ ਨੇ 30-35 ਸਾਲਾਂ ਦੇ ਅਤੇ ਚਾਹੇ 95 ਸਾਲ ਦੇ ਬਜ਼ੁਰਗ ਨੇ, ਜਜ਼ਬਾ ਇੱਕੋ ਜਿਹਾ ਔਰ ਇੱਕੋ ਹੀ ਨਿਸ਼ਾਨਾ ਹੈ ਕਿ ਜੇਕਰ ਮੀਟਿੰਗਾਂ 'ਚ ਹੱਲ ਨਹੀਂ ਹੁੰਦਾ ਤਾਂ ਦਿੱਲੀ ਪਹੁੰਚਾਂਗੇ ਜ਼ਰੂਰ। ਨਿਊਜ਼ 18 ਲਈ ਕੁਲਦੀਪ ਸਿੰਘ ਰਿਣੀ, ਪਿੰਡ ਭਲਾਈਆਣਾ, ਸ਼੍ਰੀ ਮੁਕਤਸਰ ਸਾਹਿਬ।